ਅਸੀਂ ਕਾਫੀ ਟਾਈਮ ਜਿਹੜੇ ਮਾਮਲੇ ਦਰਜ ਹੈ ਆਰੋਪੀਆਂ ਦੇ ਉੱਤੇ, ਕਿਵੇਂ ਫੜੇ ਗਏ, ਕੀ ਕੁਛ ਬਰਾਮਦ ਹੋਇਆ, ਕਿੰਨੇ ਮਾਮਲੇ ਦਰਜ ਹੈ? ਬਠਿੰਡਾ ਜ਼ਿਲ੍ਹੇ ਦੇ ਵਿੱਚ ਵੱਖ ਵੱਖ ਥਾਣਿਆਂ ਦੇ ਵਿੱਚ ਕਾਫੀ ਦਿਨ ਕਾਫੀ ਅਰਸੇ ਤੋਂ, ਕੁਛ ਦਿਨਾਂ ਤੋਂ ਦੁਕਾਨਾਂ ਵਿੱਚ ਚੋਰੀ ਹੋ ਰਿਹਾ ਸੀ। ਇਲੈਕਟ੍ਰੋਨਿਕ ਦਾ ਸਮਾਨ ਜਿਵੇਂ ਲੈਪਟਾਪ, ਮੋਬਾਈਲ ਵਗੈਰਾ ਅਤੇ ਹੋਰ ਚੀਜ਼ਾਂ ਚੋਰੀ ਹੋ ਰਹੀਆਂ ਸੀ, ਅਤੇ ਇਹਦੀਆਂ ਸੋਸ਼ਲ ਮੀਡੀਆ 'ਤੇ ਵੀਡੀਓ ਵੀ ਵਾਇਰਲ ਹੋ ਰਹੀਆਂ ਸੀਗੀਆਂ। ਦੋ ਬੰਦੇ ਆਉਂਦੇ ਆ ਜਾਂ ਤਿੰਨ ਬੰਦੇ ਆਉਂਦੇ ਆ ਦੁਕਾਨ 'ਤੇ, ਸ਼ਰਮ ਚੋਰੀ ਕਰਕੇ ਲੈ ਜਾਂਦੇ ਨੇ। ਇਹਦੇ ਵਿੱਚ ਸ਼੍ਰੀਮਾਨ SSP ਸਾਹਿਬ ਮੈਡਮ ਅਮੀਤ ਕੌਂਡਲ ਜੀ ਨੇ ਅਤੇ SPD ਸਾਹਿਬ ਨੇ ਇੱਕ ਵਿਸ਼ੇਸ਼ ਟੀਮ ਬਣਾਈ, ਇੰਸਪੈਕਟਰ CIA ਕਰਨ ਦੀ ਅਗਵਾਈ ਹੇਠ, ਜਿਨ੍ਹਾਂ ਨੇ ਇਹਨੇ ਬੜੇ ਵਧੀਆ ਤਰੀਕੇ ਨਾਲ ਕੰਮ ਕਰਦੇ ਹੋਏ। ਇਹਦੇ ਵਿੱਚ ਰਮਨਦੀਪ ਸਿੰਘ ਰਮਣਾ, ਜਿਹਦਾ ਕ੍ਰਿਮੀਨਲ ਬੈਕਗਰਾਊਂਡ ਆ, ਪਹਿਲਾਂ ਵੀ ਮੁਕੱਦਮੇ ਦਰਜ ਨੇ, ਅਤੇ ਇੱਕ ਸੁਖਚੈਨ ਸਿੰਘ ਅਤੇ ਇੱਕ ਹੋਰ ਨਾਬਾਲਗ ਆ ਜਿਹਦਾ ਆਪਾਂ ਨਾਂ ਨਹੀਂ ਦੱਸ ਸਕਦੇ, ਉਹਨਾਂ ਨੂੰ ਗ੍ਰਿਫਤਾਰ ਕੀਤਾ ਵਾ। ਮੁਕੱਦਮਾ ਨੰਬਰ 96 ਮਿਤੀ 23/8/24 ਨੂੰ ਥਾਣੇ ਮੋੜ ਦੇ ਕੇਸ ਦੇ ਵਿੱਚ। ਇਹਨਾਂ ਕੋਲੋਂ 3 ਲੈਪਟਾਪ, ਡਰੋਨ, ਸਾਨੂੰ ਵੱਡੀ ਗੱਲ ਹੈ ਜਿਹੜਾ ਡਰੋਨ ਮਿਲਿਆ ਵਾ ਇਹਦੀ ਦੁਰਵਰਤੋਂ ਵੀ ਕਰ ਸਕਦੇ ਸੀ ਕਿਉਂਕਿ ਇਹਦਾ ਕੋਈ ਰਿਕਾਰਡ ਨਹੀਂ ਹੈ, ਮਾੜੇ ਅਨਸਰ ਨੇ ਇਹ। ਇਸੇ ਤਰ੍ਹਾਂ ਵੱਖ ਵੱਖ ਮੋਬਾਈਲ ਦੇਖੋ, ਕੀਪੈਡ ਵਾਲੇ ਆ, ਟੱਚ ਮੋਬਾਈਲ ਨੇ ਅਤੇ ਹੋਰ ਇਲੈਕਟ੍ਰੋਨਿਕ ਸਮਾਨ ਨੇ। ਸਰ ਕਿੰਨੇ ਥਾਣਿਆਂ 'ਚ ਭਾਲ ਸੀ, ਜਿਵੇਂ ਕਿੱਥੇ ਕਿੱਥੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੀ, ਕਿੱਥੋਂ ਦੇ ਰਹਿਣ ਵਾਲੇ? 6.5 ਮੁਕੱਦਮੇ ਤਾਂ ਜਿਹੜੇ ਦਰਜ ਸੀ ਟਰੇਸ ਹੋ ਚੁੱਕੇ ਆ, ਕੁਛ ਅਸੀਂ ਵੀਡੀਓ ਹੋਰ ਜਿਹੜੀਆਂ ਸੋਸ਼ਲ ਮੀਡੀਆ 'ਤੇ ਪਈਆਂ ਉਹਦੇ ਆਧਾਰ 'ਤੇ ਵੈਰੀਫਾਈ ਕਰ ਰਹੇ ਹਾਂ ਵੀ ਕਿੱਥੇ ਕਿੱਥੇ ਜਿਹੜੀਆਂ ਵਾਰਦਾਤਾਂ ਕਰੀਆਂ ਨੇ। ਕੈਮਰੇ ਵੀ ਮਿਲੇ, ਕਿਸ ਤਰ੍ਹਾਂ ਦੇ ਮਿਲੇ? ਕੈਮਰੇ ਵੀ ਮਿਲੇ ਨੇ, ਹਾਂਜੀ, ਪਿੱਛੋਂ ਚੋਰੀ ਹੋਏ ਸੀ ਕੈਮਰੇ ਦੁਕਾਨ ਤੋਂ, ਇਲੈਕਟ੍ਰੋਨਿਕ ਦੁਕਾਨ ਤੋਂ, ਉਹ ਵੀ ਅਸੀਂ ਬਰਾਮਦ ਕੀਤੇ ਨੇ। ਇੰਨੀ ਦੂਰ ਦੂਰ ਜਾ ਕੇ ਚੋਰੀਆਂ ਕਰਦੇ ਸੀ, ਜਿਵੇਂ ਸਰ ਇੱਕ ਮੋੜ ਪੁੱਛੋ ਕਾਫੀ ਦੂਰ ਪੈਂਦੇ ਹੈਗੇ ਨੇ, ਇਹ ਦੂਰ ਦੂਰ ਜਾ ਕੇ ਇਲਾਕਾ ਬਦਲਦਾ ਸੀ ਜੀ, ਜਿਵੇਂ ਤਲਵੰਡੀ ਕਰ ਲਈ, ਫਿਰ ਮੋੜ ਕਰ ਲਈ, ਫਿਰ ਪੁੱਛੋ ਚਲੇ ਗਏ, ਫਿਰ ਦਿਆਲਪੁਰੇਰੀ ਚਲੇ ਗਏ, ਇਹ ਵੱਖਰੇ ਵੱਖਰੀ ਦੀ ਵਿੱਚ ਤੁਰ ਫਿਰ ਕੇ ਮਤਲਬ ਚੇਂਜ ਕਰ ਲੈਂਦੇ ਸੀ ਆਪਣੇ ਆਪ ਨੂੰ। ਕਿੱਥੋਂ ਕਿੱਥੋਂ ਦੇ ਬੰਦੇ ਰਹਿਣਾ ਰਹੇ? ਇਹ ਤਲਵੰਡੀ ਸਾਬੋ ਦੇ ਨੇ, ਸਾਰੇ ਤਲਵੰਡੀ ਸਾਬੋ, ਤਲਵੰਡੀ ਸਾਬੋ ਦੇ ਹੈ। ਇਹ ਮਨਸਾ ਕੀ ਹੈ ਸਰ, ਇਹਨਾਂ ਚੋਰੀ ਕਰਦੇ ਸੀ, ਸ਼ੌਂਕੀਆਂ ਚੋਰੀ ਕਰਦੇ ਸੀ, ਨਸ਼ੇ ਲਈ ਕਰਦੇ ਸੀ, ਜਾਂ ਕੋਈ ਇਹਦੀ ਕੋਈ ਜਾਂਚ ਕੀਤੀ ਹੈਗੀ ਹੈ? ਇਹ ਨਸ਼ਾ ਵੀ ਕਰਦੇ ਨੇ ਅਤੇ ਕੁਝ ਆਪਣਾ ਖਰਚਾ ਵਰਚਾ ਇਹ ਚੋਰੀ ਦਾ ਸਮਾਨ ਇੱਧਰ ਉੱਧਰ ਕਰਕੇ ਵੇਚ ਕੇ ਕੰਮ ਚਲਾਉਂਦੇ ਨੇ। ਹੋਰ ਵੀ ਸਰ ਸਮਾਨ ਦੀ ਬਰਾਮਦੀ ਹੋਣ ਦੀ ਉਮੀਦ ਹੈਗੀ ਹੈ? ਬਿਲਕੁਲ ਜੀ, ਬਿਲਕੁਲ, ਇਹਨਾਂ ਦੇ ਇੱਕ ਸਾਥੀ ਆ ਜਿਹਾ ਸੀ, ਉਹਦੀ ਤਫਤੀਸ਼ ਜਾ ਰਹੀ ਹੈ, ਉਹਨੂੰ ਅਸੀਂ ਕਾਬੂ ਕਰਨਾ ਅਤੇ ਕੋਈ ਸਾਡਾ ਸਮਾਨ ਹਜੇ ਹੋਰ ਬਰਾਮਦ ਕਰਨਾ ਤੱਕ ਪੇਸ਼ ਕਰਨ ਗਏ ਹੋਏ ਨੇ ਕੋਰਟ ਦੇ ਵਿੱਚ, ਰਿਮਾਂਡ ਹਾਸਲ ਕਰਕੇ ਅਸੀਂ ਅਗਲੀ ਕਾਰਵਾਈ ਕਰਾਂਗੇ ਇਹਦੇ ਵਿੱਚ।